ਦੇ ਸੰਪਰਕ ਵਿੱਚ ਆਏ ਹੋ ਤਾਂ ਤੁਹਾਨੂੰ 14 ਦਿਨ ਤੱਕ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਨੈਸ਼ਨਲ ਹੈਲਥ ਮਿਸ਼ਨ, ਨਗਰ ਨਿਗਮ, ਇਹ ਅੱਜ ਕੈਂਪ ਲਗਾਇਆ ਗਿਆ ਜੀ, ਜੈਹੋ ਕਲੱਬ ਵੱਲੋਂ ਕੈਂਪ ਲਗਾਇਆ ਗਿਆ। ਅਸੀਂ ਪਹਿਲਾਂ ਵੀ ਡੇਂਗੂ ਦੇ ਖਿਲਾਫ 4 ਸਾਲ ਤੋਂ ਫੋਗਿੰਗ ਮਸ਼ੀਨਾਂ ਚਲਾ ਰਹੇ ਹਾਂ। ਹੁਣ ਸਾਡੇ ਕਲੱਬ ਵੱਲੋਂ ਕਰੋਨਾ ਵਾਇਰਸ ਨੂੰ ਵੇਖਦੇ ਹੋਏ ਇੱਕ ਕੋਲਡ ਫੋਗਰ ਚਾਲੂ ਕੀਤੇ ਗਏ ਨੇ, ਜਿਸ ਵਿੱਚ ਐਂਟੀਵਾਇਰਸ ਕੈਮੀਕਲ ਪਾ ਕੇ ਅਸੀਂ ਘਰਾਂ ਦੇ ਵਿੱਚ ਸੈਨੇਟਾਈਜ਼ ਕਰਾਂਗੇ, ਮੰਦਰਾਂ 'ਚ ਸੈਨੇਟਾਈਜ਼ ਕਰਾਂਗੇ। ਖਾਸ ਕਰਕੇ ਸਲੰਮ ਬਸਤੀਆਂ ਦੇ ਵਿੱਚ ਜਿਹੜੇ ਲੋਕ ਪੈਸੇ ਨਹੀਂ ਖਰਚ ਕਰ ਸਕਦੇ, ਉੱਥੇ ਜਾ ਕੇ ਅਸੀਂ ਇਹ ਸੇਵਾ ਕਰਾਂਗੇ। ਜੀ ਅੱਜ ਜਿਹੜੇ ਆਮ ਜਨਤਾ ਜੀ ਇਸ ਚੀਜ਼ ਤੋਂ ਅਜੇ ਵੀ ਪਰਹੇਜ਼ ਨਹੀਂ ਕਰ ਰਹੀ ਹੈ, ਹੱਥ ਨਹੀਂ ਮਿਲਾਉਣਾ ਚਾਹੀਦਾ ਜਾਂ ਨਹੀਂ, ਉਹਨੂੰ ਕੀ ਸੰਦੇਸ਼ ਦੇਣਾ ਚਾਹੀਦਾ? ਜੀ ਇਹ ਕਰੋਨਾ ਵਾਇਰਸ ਬਹੁਤ ਖਤਰਨਾਕ ਵਾਇਰਸ ਹੈ। ਤੁਸੀਂ ਵੇਖੋ ਐਡੇ ਐਡੇ ਵੱਡੇ ਦੇਸ਼ ਨੇ, ਚੀਨ, ਇਟਲੀ, ਸਪੇਨ, ਵਰਲਡ ਲੈਵਲ 'ਤੇ ਲੋਕ ਲੱਗੇ ਨੇ, ਇਹਦਾ ਕੋਈ ਹੱਲ ਨਹੀਂ ਲੱਭਦਾ ਪਿਆ। ਇਸ ਚੀਜ਼ ਤੋਂ ਡਰਨਾ ਚਾਹੀਦਾ ਹੈ, ਬਹੁਤ ਖਤਰਨਾਕ ਚੀਜ਼ ਹੈ। ਹਜੇ ਸਾਡੇ ਜਿਹੜੀ ਇੰਡੀਆ ਦੇ ਵਿੱਚ ਹੈ, ਦੂਸਰੀ ਸਟੇਜ ਦੇ ਵਿੱਚ ਹੈ ਕਿ ਜਿਹੜੇ ਬਾਹਰੋਂ ਲੋਕ ਆਏ ਨੇ ਉਹਨਾਂ ਨੂੰ ਹੈ। ਹਜੇ ਸਾਡੀ ਆਪਣੀ ਹਿਊਮਨਿਟੀ 'ਚ ਨਹੀਂ ਫੈਲਿਆ, ਉਹ ਤੀਸਰੀ ਸਟੇਜ ਦੇ ਵਿੱਚ ਜਾ ਕੇ ਆਉਂਦਾ ਹੈ। ਜਦੋਂ ਉਹ ਚੀਜ਼ ਆ ਗਈ ਤਾਂ ਬਹੁਤ ਕੰਮ ਖਰਾਬ ਹੋ ਜਾਣਾ। ਇਹ 1 ਤੋਂ 100 ਅਤੇ 100 ਤੋਂ ਹਜ਼ਾਰਾਂ ਬੰਦਿਆਂ ਦੇ ਵਿੱਚ ਜਾਂਦਾ, ਇਹ ਇੱਕ ਪਰਮਾਣੂ ਰਿਐਕਟਰ ਹੈ, ਉਹਦੇ ਵਕਨ ਕੰਮ ਕਰਦਾ, ਅਤੇ ਇਸ ਚੀਜ਼ ਤੋਂ ਬਚਣਾ ਚਾਹੀਦਾ। ਇਹਦਾ ਮਜ਼ਾਕ ਜਾਂ ਕੋਈ ਟਿਕਟੋਕ ਨਹੀਂ ਬਣਾਉਣਾ ਚਾਹੀਦਾ, ਬੜਾ ਸੀਰੀਅਸ ਮੈਟਰ ਹੈ। ਸਾਰੀਆਂ ਸਰਕਾਰਾਂ ਲੱਗੀਆਂ ਇਸ ਕੰਮ ਦੇ ਵਿੱਚ, ਸਾਨੂੰ ਸਰਕਾਰਾਂ ਦਾ ਵੀ ਸਹਿਯੋਗ ਕਰਨਾ ਚਾਹੀਦਾ, ਅਤੇ ਇਸ ਕੰਮ ਨੂੰ ਅਸੀਂ ਮਜ਼ਾਕ ਦੇ ਵਿੱਚ ਨਾ ਲਈਏ।